ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ ਮੇਰੇ ਬੱਚਿਆਂ ਦਾ, ਭੈਣਾਂ ਭਰਾਵਾਂ ਦਾ? ਸਭ ਠੀਕ ਹੋਏਗਾ, ਵਾਹਿਗੁਰੂ ਠੀਕ ਰੱਖੇਗਾ ਜੀ। ਅੱਜ ਅਸੀਂ ਬਣਾਉਣ ਲੱਗੇ ਹਾਂ ਜੀ ਭੱਲੇ, ਅਤੇ ਇਹ ਉੜਦ ਦੀ ਦਾਲ ਹੁੰਦੀ ਜੇ, ਇਹ ਰਾਤੀ ਭਿਓਈ ਸੀ ਇੱਕ ਕੋਲੀ, ਸਵੇਰੇ ਇਹਦਾ ਸਾਰਾ ਪਾਣੀ 'ਚ ਨੂੰ ਧੋ ਲਿਆ ਚੰਗੀ ਤਰ੍ਹਾਂ, ਧੋ ਕੇ ਇਹਨੂੰ ਪਾਣੀ ਦੇ ਵਿੱਚ ਸਾਫ਼ ਕਰਕੇ ਸਾਰਾ, ਅਤੇ ਹੁਣ ਇਹਨੂੰ ਬੀਟ ਕਰਨ ਲੱਗੇ ਹਾਂ। ਹੁਣ ਇਹਦੇ ਵਿੱਚ ਥੋੜ੍ਹਾ ਜਿਹਾ ਠੰਡਾ ਪਾਣੀ ਪਾਉਣਾ ਹੈ, ਹੁਣ ਦੇਖ ਲਈਏ ਬਣ ਗਈ ਹੈ। ਬਣ ਗਈ ਜੇ ਨਾ ਬਣਿਆ ਦੁਬਾਰਾ ਫਿਰ ਇਹਨੂੰ ਚਲਾ ਲਓ, ਮਿਕਸੀ ਨੂੰ ਚਲਾ ਕੇ ਬਿਲਕੁਲ ਸਮੂਥ ਹੋਣੀ ਚਾਹੀਦੀ ਹੈ, ਬਿਲਕੁਲ ਵਿੱਚ ਕੁਛ ਰਹੇ ਨਾ, ਮੁਲਾਇਮ ਬਿਲਕੁਲ ਹੋਣੀ ਚਾਹੀਦੀ ਹੈ। ਜੇ ਨਹੀਂ ਬਣੀ ਇਹਨੂੰ ਫਿਰ ਬਣਾ ਲਓ। ਹੁਣ ਇਹਦੇ 'ਚ ਪਾਉਣ ਲੱਗੀ ਜੇ, ਕੋਈ ਬਰਤਨ ਲੈ ਲਓ ਖੁੱਲ੍ਹਾ, ਚਿਮਚੇ ਵਗੈਰਾ ਜਾਂ ਕੋਈ ਬੋਲ ਕੋਈ ਹੋਵੇ। ਬੋਲ 'ਚ ਪਾ ਲਿਆ ਜੇ, ਹੁਣ ਇਹਨੂੰ ਇੱਕੋ ਸਾਈਡ 'ਤੇ ਹਿਲਾਈ ਜਾਣਾ, 10 ਮਿੰਟ ਘੱਟ ਤੋਂ ਘੱਟ ਇਹਨੂੰ ਹਿਲਾਉਣਾ 10 ਮਿੰਟ ਤੋਂ। ਇਹ ਜੇ ਇਹ ਹੁਣ ਇਹਦੀ ਇੱਕ ਪਛਾਣ ਹੁੰਦੀ ਜੇ, ਇਹਨੂੰ ਥੋੜ੍ਹਾ ਜਿਹਾ ਪਾਣੀ ਲੈ ਲਓ ਕੋਲੀ 'ਚ, ਲੈ ਕੇ ਦੇਖ ਲਓ ਜੇ ਤੇ ਉੱਪਰ ਆ ਜਾਏ, ਵੇਖ ਲਓ ਉੱਪਰ ਤਰ ਪਿਆ ਬਣ ਗਿਆ ਏ, ਨਾ ਆਵੇ ਤਾਂ ਫਿਰ ਇਹਨੂੰ ਹੋਰ ਕਰਨਾ ਪੈਂਦਾ। ਹੁਣ ਇਹਦੇ ਵਿੱਚ ਹਰੀ ਮਿਰਚ, ਇੱਕ ਚਮਚ ਹਰੀ ਮਿਰਚ, ਅਤੇ ਇੱਕ ਚਮਚ ਅਦਰਕ, ਇੱਕ ਚਮਚ ਲੂਣ ਦੀ, ਥੋੜ੍ਹਾ ਜਿਹਾ ਜੀਰਾ, ਲਾ ਲਓ। ਚੰਗੀ ਤਰ੍ਹਾਂ ਮਿਕਸ ਹੋ ਗਿਆ। ਇੱਕ ਤਰਫ ਹੀ ਲਾਉਣਾ, ਇਸ ਤਰਫ ਜੇ ਇਸ ਤਰਫ ਲਾਉਣਾ ਤਾਂ ਇਸ ਤਰਫ ਹੀ ਲਾਈ ਜਾਣਾ। ਹੁਣ ਇਹਨੂੰ ਫਰਾਈ ਕਰਾਂਗੇ। ਇਹ ਹੋ ਗਿਆ ਮਿਕਸਚਰ ਤਿਆਰ ਹੋ ਗਿਆ ਇਹਦਾ, ਭੱਲਿਆਂ ਦਾ। ਇਸ ਨਾਲ ਇਸ ਤਰ੍ਹਾਂ ਫੜਨਾ, ਤੂੰ ਫਰਾਈ ਕਰੋ ਇਹਨੂੰ। ਪਟਾਤੇ ਜੇ ਇਹਨਾਂ ਨੂੰ, ਅਤੇ ਗੈਸ ਬਹੁਤ ਹਾਈ ਨਹੀਂ ਰੱਖਣਾ, ਗੈਸ ਰੱਖਣਾ ਜੇ ਮੀਡੀਅਮ, ਜ਼ਿਆਦਾ ਹਾਈ ਰੱਖੋਗੇ ਤਾਂ ਕੱਚੇ ਰਹਿ ਜਾਣੇ, ਉੱਪਰੋਂ ਬਣ ਜਾਣਗੇ ਵਿੱਚੋਂ ਕੱਚੇ ਰਹਿਣਗੇ। ਵੇਖੋ ਕਿਸ ਤਰ੍ਹਾਂ ਫੁੱਲ ਗਏ ਹੈ,
कोई मिठा सोडा नहीं पाया। बन गए जी, हुण देखो किन्ने सोहणे लगदे पए आ, बिलकुल बाजार तों वधिया ज्यादा है। घर दी चीज बनी, साफ सुथरी चीज हुंदी है, घर बना के खाओ, सब तों ज्यादा वधिया कम है। कोई इन्नी मेहनत नहीं हैगी है। देखो गुनगुना पानी ले लेना है, लैके जो थोड़े कोल हिंग है थोड़ी जी हिंग पा दो पानी च, ते इन्हां नूं भिओ देना है पानी दे विच, एक 10 मिंट भिओना है सारा बस। जे ज्यादा गुनगुना है ते 10 भी ना भिओ, घट भिओ दिओ। हाँ जी, हुणे इन्हां नूं पानी च भिओया सी 10 मिंट वास्ते। इस तरह इन्हां नूं करना करके फिर खाण वास्ते। हाँ जी, हुण उत्ते दही पा दिओ। चाहे इहनूं रोटी नाल खाओ, चाहे वैसे खाओ। ये चटनी जी इमली दी, वो दही सी। ये चटनी पुदीने दी जी। थोड़ी जी लाल मिर्च पानी जी, थोड़ा जा नमक पाना है। काली मिर्च, जीरा भुज्जिया तैयार हो गए जी। हुण बहुत टेस्टी बने हैं, खा के देखो, बहुत सॉफ्ट बने हैं। ए देखो तोड़ के किन्ने नरम जे, ए देखो। भले बन के तैयार हो गए जे, इन्हां नूं आप घर बनाओ, बच्चों नूं खाओ, आप खाओ, ते और मैनूं कमेंट करके दसो किस तरह दे बने जे। और वध तों वध लाइक करो, शेयर करो, ते जरूर 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 शेयर करना। थैंक यू।